ਅੱਜ ਅਸੀਂ ਥੋੜ੍ਹਾ ਜਿਹਾ ਜਿੱਦਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਹ ਪਰਿਵਾਰ ਨੂੰ ਥੋੜ੍ਹਾ ਜਿਹਾ ਲੇਟ ਹੋ ਗਿਆ, ਹਨੇਰਾ ਹੋ ਗਿਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਗੱਲਬਾਤ ਕਰਨ ਦੀ। ਅਤੇ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਗਗਨ ਹੈ ਜੀ। ਗਗਨ, ਤੁਸੀਂ ਬੇਟੇ ਹੋ ਜੀ ਉਹਨਾਂ ਦੇ? ਹਾਂਜੀ, ਇਹ ਐਕਚੁਲੀ ਮੇਰੇ ਭੂਆ ਦਾ ਘਰ ਹੈ। ਠੀਕ ਆ, ਇਹ ਸਾਨੂੰ ਦੱਸ ਰਹੇ ਨੇ ਜੀ ਵਿਸਥਾਰ ਨਾਲ ਪੂਰਾ। ਅਤੇ ਇਹ ਇਹੀ ਮਿੱਟੀ ਯੂਜ਼ ਕਰਦੇ ਹੋ ਜੀ ਤੁਸੀਂ, ਕਿੱਦਾਂ ਮਤਲਬ? ਹਾਂਜੀ, ਮਿੱਟੀ ਜੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਇੱਕ ਪਹਿਲਾ ਸਟੈਪ ਕੀ ਆ ਆਪਣਾ? ਪਹਿਲਾ ਸਟੈਪ ਐਂ ਆ ਵੀ ਹੁਣ ਜਿਵੇਂ ਮਿੱਟੀ ਡਲਿਆਂ ਵਾਂਗੂ ਆ, ਅਤੇ ਇਹਨਾਂ ਨੂੰ ਅਸੀਂ ਬਰੀਕ ਕਰਨਾ ਆ। ਬਰੀਕ ਕੀਤੀ ਹੋਈ ਆ ਥੱਲੇ, ਇਹਨਾਂ 'ਚੋਂ ਕੰਕੜ ਰੋੜੇ ਵਗੈਰਾ ਅਲੱਗ ਕਰਨੇ ਆ। ਅੱਛਾ, ਫਿਰ ਉਸ ਤੋਂ ਬਾਅਦ ਅਲੱਗ ਕਰਨ ਤੋਂ ਬਾਅਦ ਸੁਕਾ ਕੇ, ਕਿਉਂਕਿ ਮਿੱਟੀ ਗਿੱਲੀ ਹੁੰਦੀ ਆ ਥੱਲੋਂ ਦੀ, ਡਲੇ ਤੋੜ ਕੇ ਸੁਕਾ ਕੇ, ਸੁਕਾਉਣ ਤੋਂ ਮਗਰ ਉਹ ਟੋਇਆ ਆ। ਅੱਛਾ, ਉਹ 'ਚ ਉਹ ਟੋਇਆ ਆ, ਇਹ 'ਚ ਪਾਣੀ ਭਰ ਦੇਈਦਾ ਆ। ਹਾਂਜੀ, ਇਹ 'ਚ ਪਾਣੀ ਭਰ ਦੇਈਦਾ ਆ। ਇਹ 'ਚ ਪਾਣੀ ਭਰਨ ਤੋਂ ਬਾਅਦ ਮਿੱਟੀ ਸ਼ਾਮ ਤੱਕ ਜਾਣੀ ਗਿੱਲੀ ਹੋ ਜਾਂਦੀ ਆ। ਜਦੋਂ ਥੋੜ੍ਹੀ ਗਿੱਲੀ ਹੋ ਜਾਂਦੀ, ਉਸ ਤੋਂ ਬਾਅਦ ਉਹਨੂੰ ਕੱਢ ਦੇਈਦਾ ਆ ਇੱਥੇ। ਆ, ਇੱਥੇ ਕੱਢ? ਹਾਂਜੀ, ਇਹ ਕੱਢ ਦਿੰਦੇ ਹਾਂ। ਅਤੇ ਇਸ ਤੋਂ ਬਾਅਦ ਜਦੋਂ ਇਸ ਤੋਂ ਬਾਅਦ ਹੁਣ ਵੀ ਮਿੱਟੀ ਗਿੱਲੀ ਆ ਇਹ, ਅਤੇ ਹੁਣ ਆਹ ਦੇਖ ਲਓ, ਹੁਣ ਵੀ ਮਿੱਟੀ ਗਿੱਲੀ ਆ ਇਹ, ਜਾਣੀ ਭਾਂਡੇ ਬਣਾਉਣ ਦੇ ਲਾਇਕ ਨਹੀਂ ਹੈਗੀ ਹਜੇ ਵੀ। ਅਤੇ ਉਸ ਤੋਂ ਬਾਅਦ ਸਵੇਰ ਤੱਕ ਇਹ ਮਿੱਟੀ ਸੁੱਕ ਜਾਏਗੀ। ਜ਼ਿਆਦਾ ਸੁੱਕ ਜਾਵੇ ਕੋਈ ਨੁਕਸਾਨ ਨਹੀਂ? ਨੁਕਸਾਨ ਫਿਰ ਵੀ ਆ ਜੀ। ਅੱਛਾ, ਮਤਲਬ ਜੇ ਜ਼ਿਆਦਾ ਸੁੱਕ ਜੇ, ਨੁਕਸਾਨ ਆਪਾਂ ਨੂੰ ਫਿਰ ਵੀ ਆ, ਫਿਰ ਉਹ ਤੋਂ ਭਾਂਡੇ ਬਣਾਉਂਦੇ ਹਾਂ ਜਦੋਂ ਉਦੋਂ ਸਹੀ ਨਹੀਂ ਬੈਠਦੇ ਹੈਗੇ, ਜ਼ਿਆਦਾ ਟੁੱਟ ਜਾਂਦੇ ਨੇ ਜਾਂ ਲੀਕ ਕਰ ਜਾਂਦੇ ਨੇ। ਫਿਰ ਉਸ ਤੋਂ ਬਾਅਦ ਜਦੋਂ ਇਹ ਸਵੇਰ ਤੱਕ ਸੁੱਕ ਜਾਏਗੀ, ਫਿਰ ਇਹਨਾਂ ਨੂੰ ਇਸ ਹਿਸਾਬ ਨਾਲ ਗੋਲ ਕਰ ਦੇਈਦਾ ਆ, ਇਹਦੇ ਹਿਸਾਬ ਨਾਲ। ਜਿੱਦਾਂ ਉਹ ਅੰਦਰ ਅੰਕਲ ਕਰ ਰਹੇ ਸੀਗੇ, ਹੈ ਨਾ? ਨਹੀਂ ਨਹੀਂ ਜੀ, ਉਹਨਾਂ ਨੂੰ ਇਸ ਹਿਸਾਬ ਨਾਲ ਗੋਲ ਕਰ ਦੇਈਦਾ ਆ। ਆਹ ਮਿੱਟੀ ਥੋੜ੍ਹੀ ਕੈੜੀ ਹੋ ਜਾਂਦੀ ਆ, ਮਤਲਬ ਇਹ ਹੁਣ ਉਹਦੇ 'ਚ ਜਿਹੜਾ ਸ਼ੇਪ ਦੇਣੀ ਆ ਦੀਵੇ ਲਈ, ਉਹਦੇ ਲਈ ਤਿਆਰ ਆ ਇਹ? ਨਹੀਂ, ਹਜੇ ਉਹਦੇ ਲਈ ਤਾਂ ਇਹ ਤਿਆਰ ਨਹੀਂ ਹੈਗੀ ਜੀ। ਪਹਿਲਾਂ ਦਰਅਸਲ ਐਂ ਹੁੰਦਾ ਸੀਗਾ ਵੀ ਮਿੱਟੀ ਨੂੰ ਆਪਾਂ ਇਸ ਹਿਸਾਬ ਨਾਲ ਬਾਹਰ ਟੋਏ 'ਚੋਂ ਕੱਢਣ ਤੋਂ ਬਾਅਦ ਵੀ ਜਦੋਂ ਆਪਾਂ ਗੋਲ ਕਰਦੇ ਸੀਗੇ, ਅਤੇ ਗੋਲ ਕਰਨ ਤੋਂ ਬਾਅਦ ਸਾਨੂੰ ਇੱਕ ਘੰਟਾ ਪੈਰਾਂ ਨਾਲ ਵਿੱਧਣੀ ਪੈਂਦੀ ਸੀ, ਨਰਮ ਕਰਨੀ ਪੈਂਦੀ ਸੀ ਮਿੱਟੀ ਬਣਾਉਣ ਲਈ ਵੀ, ਤਾਂ ਕਿ ਸ਼ੇਪ ਵਧੀਆ ਬਣ ਸਕੇ। ਬਟ ਹੁਣ ਤਾਂ ਮਸ਼ੀਨਾਂ ਆ ਗਈਆਂ ਨੇ ਗੋਂਦੇ ਬਣਾਉਣ ਲਈ, ਮਸ਼ੀਨ ਅੰਦਰ ਹੈਗੀ ਆ, ਅਤੇ ਉਹ 'ਚ ਮਿੱਟੀ ਪਾਈਦੀ ਆ ਅਤੇ ਗੋਂਦਾ ਬਣਾ ਲਈਦਾ ਆ। ਫਿਰ ਉਸ ਤੋਂ ਬਾਅਦ ਚੱਕ 'ਤੇ ਮਿੱਟੀ ਆਉਂਦੀ ਆ ਦੋ ਦਿਨਾਂ ਬਾਅਦ। ਅੱਛਾ, ਮਿੱਟੀ ਕੁੱਟ ਕੇ ਗਿੱਲੀ ਕਰਕੇ ਸੁਕਾ ਕੇ ਉਹਨੂੰ ਸ਼ੇਪ ਦੇ ਕੇ, ਫਿਰ ਉਸ ਤੋਂ ਬਾਅਦ ਮਸ਼ੀਨ 'ਚ ਪਾਈ ਦੀ ਆ, ਗੋਂਦਾ ਨਿਕਲਦਾ ਆ, ਗੋਂਦਾ ਨਿਕਲਣ ਤੋਂ ਬਾਅਦ ਦੋ ਦਿਨਾਂ ਬਾਅਦ ਮਿੱਟੀ ਚੱਕ 'ਤੇ ਆਉਂਦੀ ਹੈ ਜੀ। ਅੱਛਾ ਜੀ, ਹਾਂਜੀ, ਮਤਲਬ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਮਿਹਨਤ, ਦੇਖਣ ਨੂੰ ਲੱਗਦਾ ਕਿ ਛੋਟਾ ਜਿਹਾ ਦੀਵਾ, ਪਰ ਕਿੰਨੀ ਮਿਹਨਤ ਆ ਇਹਦੇ ਪਿੱਛੇ, ਇਹ ਤੁਸੀਂ ਇਹਨਾਂ ਤੋਂ ਆ ਸੁਣ ਸਕਦੇ ਹੋ ਜੀ। ਹਾਲੇ ਥੋੜ੍ਹੀ ਜਿਹੀ ਸਾਡੇ ਕੋਲ ਸਮੇਂ ਦੀ ਜਿਹੜੀ ਕਮੀ ਹੋਣ ਕਰਕੇ ਅਸੀਂ ਲੇਟ ਹੋ ਗਏ ਹਾਂ। ਜੇ ਦੇਣੇ ਹੁੰਦੇ ਤਾਂ ਸਾਰਾ ਪ੍ਰੋਸੈਸ ਤੁਹਾਨੂੰ ਪ੍ਰੋਪਰ ਦਿਖਾਉਂਦੇ, ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ, ਕਾਫੀ ਹੱਦ ਤੱਕ ਤੁਹਾਨੂੰ ਅਸੀਂ ਦਿਖਾ ਦਾਂਗੇ। ਆਹ ਦੱਸੋ ਵੀਰੇ, ਇਹ ਕੀ ਚੀਜ਼ ਆ? ਇਹ ਵੀਰੇ ਆਪਣਾ ਲੱਕੜ ਦਾ ਬੁਰਾ ਆ, ਅਤੇ ਜਿਵੇਂ ਹੁਣ ਆਪਾਂ ਪਾਥੀਆਂ ਪਾਉਂਦੇ ਹਾਂ, ਪਾਥੀਆਂ ਵੀ ਹੈਗੀਆਂ ਆਪਣੇ ਕੋਲ, ਉਹਨਾਂ ਨੂੰ ਤੋੜਨਾ ਪੈਂਦਾ ਆ ਪਹਿਲਾਂ ਤਾਂ। ਅੱਛਾ ਜੀ, ਅਤੇ ਉਹਨਾਂ ਨੂੰ ਤੋੜਨਾ ਪੈਂਦਾ ਆ, ਜਾਣੀ ਹੁਣ ਜਿਵੇਂ ਹੁਣ ਧਰਤੀ ਆ ਸਿੰਪਲ, ਅਤੇ ਹੁਣ ਜਿਵੇਂ ਆਪਾਂ ਭਾਂਡੇ ਪਾਉਣ ਤੋਂ ਪਹਿਲਾਂ ਲੱਕੜ ਦਾ ਬੁਰਾ ਪਾਈਦਾ ਆ, ਇਹਨਾਂ ਨੂੰ ਐਂ ਵੀ ਛੇਤੀ ਅੱਗ ਲੱਗਦੀ ਹੈ ਇਹਨਾਂ ਨੂੰ। ਪਹਿਲਾਂ ਇਹ ਵਿਛਾ ਕੇ ਘੱਟੋ ਘੱਟ 6-7 ਟੋਕਰੀਆਂ ਲੱਗਦਾ ਆ ਮੋਟਾ ਕਰਕੇ, ਅਤੇ ਫਿਰ ਉਸ ਤੋਂ ਬਾਅਦ ਵੀ ਸਮਾਨ ਪੈਂਦਾ ਆ ਉੱਪਰ। ਅੱਛਾ, ਮਤਲਬ ਇਹ ਤੁਸੀਂ ਮਿੱਟੀ 'ਚ ਮਿਕਸ ਕਰਦੇ ਹੋ? ਨਹੀਂ ਨਹੀਂ, ਮਿੱਟੀ ਹਾਂ, ਇਹ ਕੋਈ ਮਿਲਾਵਟ ਨਹੀਂ, ਪੂਰਾ ਲੱਕੜ ਦਾ ਬੁਰਾ ਆ ਜੀ, ਅਤੇ ਸਿੱਧਾ ਪਾ ਦੇਈਦਾ ਇਹਨੂੰ। ਓਕੇ, ਸਿੱਧਾ ਪਾ ਕੇ ਫਿਰ ਮੁੜ ਕੇ ਉੱਤੇ ਸਮਾਨ ਰੱਖਣਾ ਆ। ਅੱਛਾ, ਸਮਾਨ ਰੱਖਣ ਤੋਂ ਬਾਅਦ ਪਾਥੀਆਂ ਨੇ ਪਾਥੀਆਂ ਨੂੰ ਤੋੜਨਾ ਆ। ਅੱਛਾ, ਅਤੇ ਪਾਥੀਆਂ ਤੋੜ ਕੇ ਫਿਰ ਮੁੜ ਕੇ ਪਾਥੀਆਂ ਨਾਲ ਸਮਾਨ ਪੂਰਾ ਢੱਕਣਾ ਆ। ਅੱਛਾ, ਮਤਲਬ ਇਹ ਵੀ ਗੱਲ ਅੱਜ ਪਤਾ ਲੱਗੀ ਵੀ ਇਕੱਲੀ ਮਿੱਟੀ ਨਹੀਂ, ਨਾਲ ਹੋਰ ਵੀ ਸਮਾਨ ਆਪਾਂ ਨੂੰ ਚਾਹੀਦਾ। ਹਾਂਜੀ ਹਾਂਜੀ, ਦੀਵੇ ਬਣਾਉਣ ਲਈ ਸਾਰਾ ਸਮਾਨ ਚਾਹੀਦਾ। ਜੇ ਜਲਨ ਨੂੰ ਨਹੀਂ ਆਪਣੇ ਕੋਲ ਹੋਊਗਾ ਤਾਂ ਫਿਰ ਭੱਠੀ ਨੂੰ ਅੱਗ ਨਹੀਂ ਲੱਗਣੀ ਹੈਗੀ, ਤਾਂ ਹੀ ਉਹ ਚੰਗੀ ਤਰ੍ਹਾਂ ਪੱਕਦੇ ਆ। ਹਾਂ ਠੀਕ ਆ, ਮਤਲਬ ਕਾਫੀ ਜ਼ਿਆਦਾ ਮਿਹਨਤ ਆ, ਹੈ ਨਾ? ਇਕੱਲੀ ਇੱਧਰ ਭੱਠੀ ਵੀ, ਭੱਠੀ ਜਾਂ ਕਿੱਧਰ ਲੱਗੀ ਹੋਈ ਆ ਵੀਰੇ, ਦਿਖਾਇਓ ਤਾਂ। ਇੱਧਰ ਭੱਠੀ ਵੀ ਦਿਖਾ ਦਿੰਦੇ ਹਾਂ ਜੀ, ਆਹ ਦੇਖੋ ਭੱਠੀ ਲੱਗੀ ਹੋਈ ਆ। ਅੱਛਾ, ਇਹਦੇ 'ਚ ਫਿਰ ਕਿੱਦਾਂ ਮਤਲਬ ਪਾਉਂਦੇ ਹੋ? ਹੁਣ ਜਿਵੇਂ ਇਹ ਵੀਰੇ ਦੇਖੋ, ਜਿਵੇਂ ਆਪਣੀਆਂ ਜਿਵੇਂ ਸਿੰਪਲ ਆ, ਠੀਕ ਆ ਜੀ। ਹਾਂਜੀ, ਹੁਣ ਐਵੇਂ ਰਾਖ ਬਣੀ ਹੋਈ ਆ, ਜਿਵੇਂ ਹੁਣ ਆਪਾਂ ਇਹਦੇ ਥੱਲੇ ਬੁਰਾ ਪਾਵਾਂਗੇ, ਇਹਦੇ ਉੱਤੇ ਭਾਂਡੇ ਰੱਖਾਂਗੇ, ਭਾਂਡੇ ਦੇ ਉੱਪਰ ਉਸ ਤੋਂ ਬਾਅਦ ਮੁੜ ਕੇ ਆਪਾਂ ਇਹਨਾਂ 'ਤੇ ਪਾਥੀਆਂ ਜਿਹੜੀਆਂ ਤੋੜੀਆਂ ਹੋਈਆਂ ਨੇ ਉਹ ਲਾਵਾਂਗੇ। ਪਾਥੀਆਂ ਲਾਉਣ ਦੇ ਮਗਰੋਂ ਫਿਰ ਜਦੋਂ ਸਾਰਾ ਸਹੀ ਹੋ ਜਾਂਦਾ, ਫਿਰ ਉਹਨੂੰ ਆਪਾਂ ਇਹਦੇ ਨਾਲ ਟਕਾਂਗੇ ਤਾਂ ਕਿ ਗਰਮੈਸ਼ ਬਾਹਰ ਨਾ ਆਵੇ। ਹੁਣ ਦੇਖ ਲਓ ਤੁਸੀਂ, ਫਿਰ ਵੀ ਇਹ 'ਚ ਅੱਗ ਜਲਦੀ ਹੋਊਗੀ। ਅੱਗ ਜਲਦੀ ਹੋਊਗੀ, ਧੂੰਆਂ ਦੇਖਦਾ ਪਿਆ ਵਾ ਭੱਠੀ। ਹਾਂਜੀ, ਹੁਣ ਫਿਰ ਉਸ ਤੋਂ ਬਾਅਦ ਇਹ ਘੱਟੋ ਘੱਟ ਜੀ 3 ਦਿਨ ਭੱਠੀ ਜਲਦੀ ਰਹਿੰਦੀ ਆ। ਜਿਹਨੂੰ ਢੱਕਦੇ ਆ ਕੀ ਆ ਜੀ ਇਹ? ਥਰਮੋਕੋਲ ਆ ਜਾਂ ਕੀ? ਥਰਮੋਕੋਲ ਨਹੀਂ ਹੈਗੀ ਜੀ, ਇਹ ਰੂੰ ਦੇ ਬਣੇ ਹੋਏ ਨੇ। ਅੱਛਾ ਜੀ, ਕੰਪਨੀ ਬਣਾਉਂਦੀ ਇਹਨਾਂ ਦੀ ਅਲੱਗ, ਅਤੇ ਆਹ ਪਏ ਨੇ ਦੇਖ ਲਓ ਜੀ, ਇੱਥੇ ਪਏ ਹੋਏ ਨੇ। ਇੱਧਰ ਵੀ ਦਿਖਾ ਦਿੰਦੇ ਆ ਜੀ, ਇੱਥੇ ਪਏ ਹੋਏ ਨੇ, ਆਹ ਇੱਥੇ ਆਹ ਚੱਕੇ, ਆਹ ਦੇਖ ਲਓ ਜੀ, ਆਹ ਪਏ ਹੋਏ ਨੇ, ਇਹਨਾਂ ਨਾਲ ਢੱਕ ਦੇਈਦਾ ਆ, ਅਤੇ ਇਹ ਅੱਗ ਬਾਹਰ ਨਹੀਂ ਆਉਣ ਦਿੰਦੇ।
ਪਹਿਲਾਂ ਐਂ ਸੀਗਾ, ਪਹਿਲਾਂ ਜਦੋਂ ਇਹ ਨਹੀਂ ਸੀਗੇ ਇਹਨਾਂ ਦੀ ਜਗ੍ਹਾ ਸੀ, ਟੁੱਟੇ ਹੋਏ ਘੜਾਂ ਦੇ ਘੜੇ ਹੋ ਜਾਂਦੇ ਸੀਗੇ ਜਿਵੇਂ, ਉਹ ਢੱਕਦੇ ਸੀਗੇ, ਉਹ ਸਾਨੂੰ ਇਕੱਲੇ ਪਹਿਲਾਂ ਪਰਾਲੀ ਪਾ ਕੇ ਫਿਰ ਉਹ ਇਕੱਲੇ ਇਕੱਲੇ ਢੱਕਣੇ ਪੈਂਦੇ ਸੀਗੇ। ਜਦੋਂ ਤੋਂ ਇਹ ਆਏ ਨੇ ਥੋੜ੍ਹਾ ਘਾਟਾ ਬਚ ਜਾਂਦਾ। ਜਦੋਂ ਮੀਂਹ ਮੂੰਹ ਆਉਂਦਾ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ? ਨਹੀਂ, ਮੀਂਹ ਆਉਂਦਾ ਉਦੋਂ ਅਸੀਂ ਤਰ ਉਹ ਆ ਪਈਆਂ ਨੇ ਟੀਨਾਂ, ਟੀਨਾਂ ਨਾਲ ਪੱਠੀ ਢੱਕ ਦਿੰਦੇ ਹਾਂ, ਉਹ ਬਾਣ ਬਣਾਏ ਹੋਏ ਨੇ, ਟੀਨਾਂ ਨਾਲ ਪੱਠੀ ਢੱਕ ਦਿੰਦੇ ਹਾਂ। ਨਹੀਂ ਤਾਂ ਮੀਂਹ ਕਰਕੇ ਸਾਡਾ ਕਾਫੀ ਨੁਕਸਾਨ ਹੋ ਜਾਂਦਾ, ਪਿੱਛੇ ਜੀ ਮੀਂਹ ਪਏ ਸੀਗੇ ਉਹਦੇ ਵਿੱਚ ਸਾਡਾ ਕਾਫੀ ਨੁਕਸਾਨ ਹੋਇਆ ਸੀਗਾ। ਅਤੇ ਠੀਕ ਆ ਵੀਰੇ, ਹੋਰ ਕੁਛ ਕਹਿਣਾ ਚਾਹੁੰਦੇ ਹੋ ਜੀ? ਨਹੀਂ ਜੀ, ਫਿਲਹਾਲ ਤਾਂ ਜੀ ਕਹਿਣ ਦਾ ਭਾਵ ਇਹੀ ਹੈ ਵੀ ਹੁਣ ਮਿੱਟੀ ਦੀ ਇੰਨੀ ਮਿਹਨਤ ਕਰਕੇ ਅਸੀਂ ਕੋਈ ਚੀਜ਼ ਬਣਾਉਂਦੇ ਹਾਂ, ਬਟ ਜੇ ਆਮ ਤੌਰ 'ਤੇ ਦੇਖਿਆ ਜਾਵੇ ਜੀ ਅਸੀਂ ਉਹੀ ਚੀਜ਼, ਤੁਸੀਂ ਘੜਾ ਹੀ ਲਾ ਲਓ, ਜੇ ਆਪਾਂ ਉਹ ਘੜਾ ਆਪਾਂ ਬਾਜ਼ਾਰ ਦੇ ਵਿੱਚ ਵੇਚਦੇ ਹਾਂ, ਆਪਾਂ ਆਪਣੀ ਮਿਹਨਤ ਦੇ ਹਿਸਾਬ ਨਾਲ ਫਿਰ ਵੀ ਸਹੀ ਪ੍ਰਾਈਸ ਦੱਸੀਦਾ ਉਹਨਾਂ ਦਾ, ਅਤੇ ਲੋਕਾਂ ਨੂੰ ਫਿਰ ਵੀ ਉਹ ਐਂ ਲੱਗਦਾ ਵੀ ਇਹ ਤਾਂ ਕੀ ਚੀਜ਼, ਇਹ ਤਾਂ ਮਾਮੂਲੀ ਮਿੱਟੀ ਆ, ਮਿੱਟੀ ਦਾ ਕੀ ਆ, ਮਿੱਟੀ ਇੰਨੀ ਮਹਿੰਗੀ ਕੋਈ ਹੋਈ ਪਈ ਆ। ਹੁਣ ਜੀ ਹੁਣ ਜੇ ਉਹਨਾਂ ਨੂੰ ਕਹਿਣ ਵਾਲਾ ਹੋਵੇ ਕੋਈ ਵੀ, ਤੁਸੀਂ ਦੇਖੋ ਵੀ ਮਿੱਟੀ ਦਾ ਅਕਸਰ ਵੀ ਦੇਖਿਆ ਜਾਂਦਾ ਵੀ ਜਿੰਨਾ ਨਾਲ ਘੜੇ ਬਣਦੇ ਨੇ, ਇਹ ਮਿੱਟੀ ਆਮ ਨਹੀਂ ਹੁੰਦੀ ਹੈਗੀ, ਇਹ ਮਿੱਟੀ ਅਸੀਂ ਅਲੱਗ ਅਲੱਗ ਜਗ੍ਹਾ ਤੋਂ ਮੰਗਾਉਂਦੇ ਹਾਂ, ਫਿਰ ਇਹਨਾਂ ਨੂੰ ਅਲੱਗ ਕਰਦੇ ਹਾਂ ਪੱਥਰ ਵਗੈਰਾ, ਅਤੇ ਹੁਣ ਮਿੱਟੀ ਵੀ ਮੁੱਲ ਦੀ ਮਹਿੰਗੀ ਹੋਈ ਪਈ ਹੈ, ਮਿਲਦੀ ਨਹੀਂ ਹੈਗੀ, ਅਤੇ ਅਲੱਗ ਵਗੈਰਾ ਕਰਦੇ ਨੇ, ਮਿਹਨਤ ਕਰਨ ਤੋਂ ਬਾਅਦ ਸੱਤ ਅੱਠ ਦਿਨਾਂ ਦੇ ਬਾਅਦ ਸਾਡਾ ਘੜਾ ਬਣ ਕੇ ਤਿਆਰ ਹੁੰਦਾ ਜੀ। ਸੱਤ ਅੱਠ ਦਿਨ ਇੱਕ ਘੜੇ ਨੂੰ ਲੱਗਦਾ? ਹਾਂਜੀ ਹਾਂਜੀ, ਮੈਕਸੀਮਮ ਇੱਕ ਘੜੇ ਨੂੰ ਬਣਨ ਲਈ 7-8 ਦਿਨ ਲੱਗਦੇ ਨੇ, 7-8 ਦਿਨ ਲਾ ਕੇ ਉਹ ਘੜਾ ਬਣਾਉਂਦੇ ਹਾਂ ਅਸੀਂ, ਅਤੇ ਫਿਰ ਜੇ ਅਸੀਂ ਉਹਨੂੰ ਵੇਚਦੇ ਹਾਂ ਤਾਂ ਲੋਕਾਂ ਦੀ ਸਿਰਫ ਇਹ ਸਮਝਦੇ ਨੇ ਵੀ ਜੀ ਇਹ ਸਿਰਫ ਮਾਮੂਲੀ ਮਿੱਟੀ ਆ, ਮਿੱਟੀ ਆ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਜੀ ਇਹਨਾਂ ਦੇ ਪਿੱਛੇ ਕਿੰਨੀ ਮਿਹਨਤ ਲੱਗੀ ਆ, ਵੀ ਇਹ ਕੀ ਚੀਜ਼ ਆ, ਕੀ ਚੀਜ਼ ਨਹੀਂ ਆ। ਹਾਂਜੀ, ਅਤੇ ਹੁਣ ਦੇਖਿਆ ਜਾਵੇ ਤਾਂ ਜੀ ਮਿੱਟੀ ਦੇ ਅੱਜ ਕੱਲ੍ਹ ਜਾਣਾ ਕੋਈ ਕਰਦਾ ਵੀ ਨਹੀਂ ਇੰਨੀ ਜੀ। ਚਲੋ ਅਸੀਂ ਦੇਖ ਰਹੇ ਹਾਂ ਜੀ ਦੀਵਾਲੀ ਦਾ ਬਿਲਕੁਲ ਤਿਉਹਾਰ ਨੇੜੇ ਆ, ਜਿੱਦਾਂ ਆ ਸਾਰਾ ਪਰਿਵਾਰ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਮਿਹਨਤ ਕਰ ਰਿਹਾ, ਆ ਜਾਓ ਵੀਰੇ ਨਾਲ ਆ ਜਾਓ, ਦੇਖੋ ਸਾਰੇ ਹੀ ਪਰਿਵਾਰ ਲੱਗਿਆ ਹੋਇਆ ਜੀ, ਦੇਖੋ ਕਿੱਦਾਂ। ਇਹ ਹੁਣ ਮਤਲਬ ਉਹ ਚੱਕ ਤੁਸੀਂ ਜਿਹੜੇ ਕਲਰ ਕਰਦੇ ਹੋ? ਹਾਂਜੀ ਹਾਂਜੀ, ਪਹਿਲਾਂ ਜਿਵੇਂ ਹੁਣ ਭੱਠੀ ਦਿਖਾਏ ਸੀਗੇ ਤੁਹਾਨੂੰ, ਇਹਦੇ ਵੀ ਕੱਚੇ ਪੱਕ ਚੁੱਕੇ ਨੇ, ਇਸ ਤੋਂ ਬਾਦ ਹੁਣ ਉਹਨੂੰ ਰੰਗ ਚ ਭਿਓ ਕੇ ਰੱਖਣਾ ਹੈ। ਫਿਰ ਕੁਛ ਕੁ ਮਿੰਟਾਂ ਬਾਅਦ ਜਦੋਂ ਰੰਗ ਸੁੱਕ ਜਾਏਗਾ ਫਿਰ ਇਹਨਾਂ ਦੇ ਵਿੱਚ ਅਸੀਂ ਦੂਆ ਰੰਗ ਕਰਾਂਗੇ ਬਲੈਕ ਹੱਥਾਂ ਨਾਲ, ਜਿੱਦਾਂ ਉਹ ਰੰਗ ਫੜ ਨਹੀਂ ਰਹੇ ਹੈ ਨਾ, ਦੀਵੇ ਲੱਗ ਰਹੇ ਜਿੱਦਾਂ, ਹਜੇ ਤਾਂ ਸੁੱਕੂਗਾ ਜੀ ਕਿਉਂਕਿ ਹਜੇ ਸਿੰਪਲ ਇਹ ਹਲਕਾ ਆ, ਇਸ ਤੋਂ ਬਾਅਦ ਇਸਨੂੰ ਗੂੜਾ ਰੰਗ ਕਰਾਂਗੇ। ਅੱਛਾ ਜੀ, ਗੂੜਾ ਰੰਗ ਹੋ ਜਾਏਗਾ ਤੇ ਉਹ ਫੜ ਲੈਂਦਾ, ਫਿਰ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਲਾਲ ਰੰਗ ਕਰਦੇ ਹਾਂ ਹੱਥਾਂ ਨਾਲ, ਫਿਰ ਇਹਨਾਂ ਦੀ ਜਿਹੜੀ ਕਿਨਾਰੀ ਆ ਉਹ ਅਸੀਂ ਗੋਲਡਨ ਰੰਗ ਕਰਦੇ ਹਾਂ ਉਹਦੇ ਨਾਲ, ਉਹ ਤਿਆਰ ਕੀਤੇ ਹੋਏ ਨੇ ਦੀਵੇ, ਉੱਥੇ ਕੁਛ ਕੁ ਦੇਖ ਲਓ। ਆ ਜਾਓ ਜੀ, ਆਹ ਵਾਲੇ ਦੀਵੇ ਹਨ ਜੀ, ਅੱਜ ਆਹ ਦੇਖ ਲਓ ਜੀ, ਆਹ ਦੀਵੇ ਤਿਆਰ ਸਾਰੇ ਇਦਾਂ ਦੇ ਹੀ ਲੈਣੇ ਆ ਤਕਰੀਬਨ। ਇਹ ਮਤਲਬ ਪੂਰੀ ਤਰ੍ਹਾਂ ਜਿਹੜੇ ਤਿਆਰ ਨੇ? ਹਾਂਜੀ, ਇਹ ਪੂਰੀ ਤਰ੍ਹਾਂ ਤਿਆਰ ਨੇ ਰੰਗ ਜੀ। ਤੇ ਦੇਖ ਲਓ ਜੀ ਜਿਹੜਾ ਦੀਵਾ ਅਸੀਂ ਲਗਾਉਂਦੇ ਹਾਂ, ਅਸੀਂ ਕਹਿੰਦੇ ਮਿੱਟੀ ਆ, ਕਿੰਨਾ ਲੰਬਾ ਪ੍ਰੋਸੈਸ ਆ, ਕਿੰਨੀ ਮਿਹਨਤ ਆ ਇਹਨੂੰ ਬਣਾਉਣ ਪਿੱਛੇ, ਬਹੁਤ ਜ਼ਿਆਦਾ ਮਿਹਨਤ ਕਰਕੇ ਆ ਦੀਵਾ ਤਿਆਰ ਹੋਇਆ ਜੀ। ਅਤੇ ਜਦੋਂ ਅਸੀਂ ਦੁਕਾਨ 'ਤੇ ਜਾ ਕੇ ਕਹਿੰਦੇ ਹੁੰਦੇ ਹਾਂ ਵੀ ਇੰਨੇ 'ਤੇ ਲਾ ਲਓ, ਬਾਰਗਨਿੰਗ ਕਰਦੇ ਹਾਂ, ਉਦੋਂ ਸਾਨੂੰ ਸੋਚ ਲੈਣਾ ਚਾਹੀਦਾ। ਆਹ ਵੀਡੀਓ ਜ਼ਰੂਰ ਦੇਖ ਲਿਓ ਵੀ ਜਿਹਨੂੰ ਅਸੀਂ ਮਿੱਟੀ ਕਹਿੰਦੇ ਹਾਂ ਉਹ ਬਣਾਉਣ ਨੂੰ ਕਿੰਨੀ ਮਿਹਨਤ ਲੱਗਦੀ ਹੈ। ਆਹ ਦੇਖੋ ਜੀ ਇਹਨਾਂ ਨੇ ਹੋਰ ਵੀ ਸਾਰਾ ਸਮਾਨ ਜਿੱਦਾਂ ਰੱਖਿਆ ਹੋਇਆ ਵਾ, ਇਹ ਸਾਰੇ ਵੀ ਰੈਡੀਮੇਡ ਨੇ? ਹਾਂਜੀ, ਜਿਹੜੇ ਇਹ ਦੀਵੇ ਹੈਗੇ ਨੇ ਜੀ ਸਪੈਸ਼ਲੀ ਗੁਜਰਾਤ ਤੋਂ ਆਏ ਹੋਏ ਨੇ ਜੀ। ਅੱਛਾ ਜੀ, ਇਹ ਸਾਰੇ ਜੋ ਵੀ ਆ ਦੀਵੇ ਨੇ, ਆ ਦੇਖੋ ਜੀ ਇਹ ਦੀਵੇ ਨੇ। ਅੱਛਾ, ਇਹ ਗੁਜਰਾਤ ਤੋਂ ਆਏ? ਹਾਂਜੀ ਹਾਂਜੀ, ਤੁਸੀਂ ਅੱਗੇ ਸਪਲਾਈ ਕਰਦੇ ਹੋ? ਹਾਂਜੀ ਹਾਂਜੀ, ਇਹ ਅੱਗੇ ਸਪਲਾਈ ਕਰਦੇ ਹਾਂ ਅਸੀਂ, ਇਹ ਗੁਜਰਾਤ ਤੋਂ ਸਮਾਨ ਮੰਗਾਉਂਦੇ ਹਾਂ ਸਾਰਾ, ਅਤੇ ਉੱਧਰੋਂ ਸਪਲਾਈ ਕਰੀਦਾ ਆ। ਅੱਛਾ ਜੀ, ਠੀਕ ਆ। ਅਤੇ ਆਹ ਜਿਹੜਾ ਅੰਦਰ ਸਮਾਨ ਪਿਆ ਜੀ, ਜਿੱਦਾਂ ਹੱਟੀਆਂ, ਤੁਸੀਂ ਆਪਣਾ ਹੀ ਹੋਣਾ? ਹਾਂਜੀ, ਇਹ ਸਾਡੇ ਆਪਣੇ ਹੱਥ ਦੀਆਂ ਬਣਾਈਆਂ ਹੋਈਆਂ ਜੀ, ਇਹਦੇ ਪਿੱਛੇ ਵੀ ਬਹੁਤ ਮਿਹਨਤ ਲੱਗਦੀ ਹੈ। ਇਹਦੇ ਪਿੱਛੇ ਆਏ ਹਾਂ ਜੀ ਵੀ ਹੁਣ ਦੀਵਾਲੀ ਨੂੰ ਜਿਵੇਂ 5 ਮਹੀਨੇ ਰਹਿ ਜਾਂਦੇ, ਰੱਖੜੀਆਂ ਨੇੜੇ ਆ ਜਾਂਦੀਆਂ ਨੇ, ਮਹੀਨਾ ਪਹਿਲਾਂ ਅਸੀਂ ਹੱਤੜੀਆਂ ਦਾ ਕੰਮ ਸ਼ੁਰੂ ਕਰ ਦਈਦਾ। ਇਹਨਾਂ ਦਾ ਜਿਵੇਂ ਇਕੱਲਾ ਇਕੱਲਾ ਥੱਲੇ ਵਾਲਾ ਹਿੱਸਾ ਵਾ, ਉਹ ਹਿੱਸਾ ਵਾ ਅਲੱਗ ਅਲੱਗ, ਉਹ ਅਸੀਂ ਅਲੱਗ ਅਲੱਗ ਬਣਾਈਦਾ ਸਾਂਚੇ ਨਾਲ, ਫਿਰ ਇਹਨਾਂ ਨੂੰ ਹੱਥਾਂ ਨਾਲ ਜੋੜਦੇ ਹਾਂ ਜੀ। ਉਹ ਹੱਤੜੀ ਵੀ ਅਸੀਂ ਆਪ ਹੀ ਹੱਥ ਨਾਲ ਬਣਾਉਂਦੇ ਹਾਂ। ਅੱਛਾ, ਜਿਹੜੀ ਉਹ ਟ੍ਰੀ ਵਾਂਗੂ ਆ, ਇਹ ਹੱਤੜੀ ਵੀ ਅਸੀਂ ਆਪ ਹੱਥ ਨਾਲ ਬਣਾਈ ਦੀ ਆ, ਫਿਰ ਇਹਨਾਂ ਨੂੰ ਰੰਗ ਕਰੀਦਾ ਆ। ਅੱਛਾ, ਹੈਗੀ ਇਹ ਵੀ ਹੱਟੜੀ ਆ? ਹਾਂਜੀ, ਇਹ ਵੀ ਹੱਟੜੀ ਆ, ਇਹਨਾਂ ਨੂੰ ਅਸੀਂ ਰੰਗ ਕਰੀਦਾ ਫਿਰ। ਠੀਕ ਆ ਜੀ, ਬਹੁਤ ਵਧੀਆ ਜੀ, ਆਹ ਵੀ ਤੁਸੀਂ ਬਣਾਏ ਹੋਏ ਨੇ ਜੀ? ਨਹੀਂ ਸਰ, ਇਹ ਰੈਡੀਮੇਡ ਨੇ, ਇਹ ਮਿੱਟੀ ਦੇ। ਹਾਂਜੀ, ਇਹ ਵੀ ਇਹ ਸਾਰਾ ਸਮਾਨ ਜਾਣੀ ਗੁਜਰਾਤ ਤੋਂ ਆਇਆ ਹੋਇਆ ਜੀ।
ਇਹ ਉਦਾਂ ਹੀ ਸ਼ੋਅ ਲਈ ਨੇ ਜਾਂ ਗੋਲਕ ਨੇ? ਇਹ ਗੋਲਕ ਨੇ। ਅੱਛਾ ਗੋਲਕ ਨੇ। ਹਾਂਜੀ ਹਾਂਜੀ ਇਹ ਗੋਲਕ ਨੇ। ਠੀਕ ਹੈ ਜੀ ਇਹ ਗੋਲਕ ਹੈ। ਮਿੱਟੀ ਦੇ ਭਾਂਡੇ ਸਪੈਸ਼ਲੀ ਗੁਜਰਾਤ ਤੋਂ ਮੰਗਵਾਏ ਆ, ਕਢਾਈ ਆ ਅਤੇ ਆਪਣੇ ਚਾਹ ਬਣਾਉਣ ਨੂੰ ਆ, ਬੋਤਲ ਵਗੈਰਾ ਵੀ ਹੈਗੀਆਂ ਨੇ, ਉਹ ਬੋਤਲਾਂ ਪਈਆਂ ਨੇ ਉੱਪਰ, ਜੱਗ ਵਗੈਰਾ ਕਾਫੀ ਕੁਛ ਆ ਮਿੱਟੀ ਦੀਆਂ। ਅਤੇ ਤੁਸੀਂ ਦੇਖਿਆ ਜੀ ਸਾਰਾ ਪਰਿਵਾਰ ਕਿੱਦਾਂ ਮਿਹਨਤ ਕਰਦਾ ਵਾ ਜੀ, ਇੱਥੇ ਇਹ ਵਿੱਚ ਰਹਿੰਦੇ ਨੇ, ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਦੀਵਾਲੀ ਦੇ ਕਰਕੇ ਸਾਡੇ ਕਮਰਿਆਂ ਦੇ ਵਿੱਚ ਵੀ ਸਮਾਨ ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ ਹੈਗੀ, ਫਿਰ ਵੀ ਰਸੋਈ ਦੇ ਵਿੱਚ ਕਮਰਿਆਂ ਦੇ ਵਿੱਚ ਜਗ੍ਹਾ ਸਾਰਾ ਸਮਾਨ ਤਾਂ ਕਿ ਫੇਰ ਹੁੰਦਾ। ਚਲੋ ਠੀਕ ਆ ਜੀ, ਤੁਸੀਂ ਟਾਈਮ ਦੇ ਤਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਦੁਬਾਰਾ ਆਪਾਂ ਫੇਰ ਕਦੇ ਜ਼ਰੂਰ ਮਿਲਾਂਗੇ ਜੀ।